ਫੁਗਵਾੜਾ ਇਲਾਕੇ ਵਿੱਚ ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਦਿਨ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕ ਦਹਿਸ਼ਤ ਦੇ ਸਾਏ ਵਿੱਚ ਝੂਲੇ ਮਜਬੂਰ ਨੇ। ਚੋਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਨੇ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗਿਆ ਉਹ ਇਹ ਵੀ ਨਹੀਂ ਦੇਖਦੇ ਕਿ ਕਿਸ ਜਗ੍ਹਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਨੇ। ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੰਦਿਆਂ ਚੋਰ ਪੀਰ ਲੱਖਦਾਤਾ ਦਰਬਾਰ ਬਸੰਤ ਨਗਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸਮਾਨ ਤੇ ਹੱਥ ਸਾਫ ਕਰਕੇ ਚੱਲਦੇ ਬਣੇ। ਇਸ ਸੰਬੰਧੀ ਦਰਬਾਰ ਦੇ ਸੇਵਾਦਾਰ ਨੇ ਦੱਸਿਆ ਕਿ ਚੋਰ ਵੱਲੋਂ ਦਰਬਾਰ ਦੇ ਗੱਲੇ ਵਗੈਰਾ ਦੀ ਭੰਨਤੋੜ ਕੀਤੀ ਗਈ ਹੈ ਜਿਸ ਕਾਰਨ ਲੱਖ ਤੋਂ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸੇਵਾਦਾਰ ਮੁਤਾਬਕ ਚੋਰ ਵੱਲੋਂ ਪਹਿਲਾਂ ਵੀ ਇਸ ਜਗ੍ਹਾ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਜਿਸ ਨੂੰ ਕਿ ਫੜਿਆ ਵੀ ਜਾ ਚੁੱਕਾ ਸੀ, ਪਰੰਤੂ ਉਸ ਵੱਲੋਂ ਛੁੱਟ ਕੇ ਫਿਰ ਤੋਂ ਛੇਵੀਂ ਵਾਰ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਦਾਂ ਆ, ਮੈਂ ਆਪਣੇ ਇੱਥੇ ਦਰਬਾਰ ਬਾਬਾ ਲੱਖਦਾਤਾ ਜੀ ਦੇ ਸੇਵਾਦਾਰ ਹਾਂ ਅਤੇ ਇੱਥੇ ਜੀ ਇਹਨਾਂ ਨੇ ਬੰਦੇ ਨੇ ਛੇਵੀਂ ਵਾਰ ਚੋਰੀ ਕਰ ਲਈ ਆ, ਯਾਨੀ ਕਿ ਪਹਿਲਾਂ ਵੀ ਅਸੀਂ ਰਿਪੋਰਟ ਲਿਖਾ ਕੇ ਆਏ ਸੀਗੇ ਅਤੇ ਉਹਦੀ ਕਾਰਵਾਈ ਯਾਨੀ ਕਿ ਕਰਦੇ ਸੀਗੇ ਅਤੇ ਇਹਨੂੰ ਫੜਿਆ ਗਿਆ ਸੀ ਬੰਦੇ ਨੂੰ ਅਤੇ ਫਿਰ ਛੁੱਟ ਕੇ ਆ ਕੇ ਇਹਨੇ ਫਿਰ ਛੇਵੀਂ ਵਾਰ ਕਾਰਵਾਈ ਕੀਤੀ ਆ, ਇਹ ਵਾਲੀ ਚੋਰੀ ਕੀਤੀ ਆ ਅਤੇ ਇਹਦੇ ਨਾਲ ਸਾਡੇ ਯਾਨੀ ਕਿ ਜਿੰਦਰੇ ਤੋੜੇ ਗਏ ਆ, ਦਰਬਾਰ ਦੀ ਬੇਅਦਬੀ ਕੀਤੀ ਗਈ ਆ, ਉਹਦੇ ਨਾਲ ਬੂਟ ਲੈ ਕੇ ਅੰਦਰ ਹੀ ਵੜ ਜਾਂਦਾ ਆ ਅਤੇ ਆਪਣੇ ਜਿੱਦਾਂ ਇਹਨੇ ਛੇਵੀਂ ਵਾਰ ਜਿੰਦਾ ਤੋੜਿਆ ਚੋਰੀ ਕੀਤੀ ਗਈ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਨੁਕਸਾਨ ਸਰ ਡੇਢ ਕੁ ਲੱਖ ਜਾਂ ਲੱਖ ਦਾ ਇੰਨਕ ਤਾਂ ਹੋ ਗਿਆ ਆ। ਅਤੇ ਪੁਲਿਸ ਨੂੰ ਜਾਂਚ ਮੰਗ ਸ਼ੁਰੂ ਪੁਲਿਸ ਨੂੰ ਦੇ ਦਿੱਤੀ ਜਾਣਕਾਰੀ? ਹਾਂਜੀ ਜਾਣਕਾਰੀ ਦੇ ਦਿੱਤੀ ਜੀ, CCTV ਕੈਮਰੇ ਵਿੱਚ ਆਇਆ ਆ, ਉਹ ਉਹਨਾਂ ਨੂੰ ਰਿਪੋਰਟ ਅਸੀਂ ਦਿੱਤੀ। ਅਤੇ ਜਗ੍ਹਾ ਕਿਹੜੀ ਹੈ ਜੀ? ਇਹ ਹੈਗੀ ਹੈ ਜੀ ਬਸੰਤ ਨਗਰ ਦਰਬਾਰ ਪੀਰ ਲੱਖਦਾਤਾ ਜੀ ਦੀ ਜਗ੍ਹਾ ਆ, ਬਿੱਲ ਬਾਬਾ ਜੀ ਦੇ ਇੱਥੇ ਸੇਵਾਦਾਰ ਆ ਅਤੇ ਉਹਨਾਂ ਦੀ ਜਗ੍ਹਾ ਜੀ। ਚੋਰੀ ਦੀ ਇਹ ਵਾਰਦਾਤ ਦਰਬਾਰ ਵਿੱਚ ਲੱਗੇ CCTV ਕੈਮਰੇ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੋਇਆ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਸੰਬੰਧੀ PCR ਦੇ ASI ਰਘਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ CCTV ਫੁਟੇਜ ਦੇ ਆਧਾਰ 'ਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਸਾਨੂੰ ਪਤਾ ਲੱਗਾ, ਤਲਾਹ ਮਿਲੀ ਸੀ ਵੀ ਬਾਬਾ ਜੀ ਲੱਖਦਾਤਾ ਦੇ ਇਹਨਾਂ ਪੀਰਾਂ ਦੀ ਜਗ੍ਹਾ 'ਤੇ ਚੋਰੀ ਹੋਈ ਆ ਅਤੇ ਆ ਕੇ ਦੇਖਿਆ ਆਪਾਂ, ਇਹਨਾਂ ਨੇ ਕੈਮਰੇ ਚੈੱਕ ਕੀਤੇ ਆਪਾਂ ਇਹਨਾਂ ਦੇ ਅਤੇ ਕੈਮਰੇ ਦੇ ਵਿੱਚ ਉਹਦੀ ਫੋਟੋ ਆ ਰਹੀ ਆ, ਉਹ ਜਿੰਦੇ ਤੋੜਨ ਡਿਆ ਜਗ੍ਹਾ ਬੋਲ ਕਿਤੋਂ ਜਗ੍ਹਾ 'ਤੇ ਅਤੇ ਆਪਾਂ ਹੁਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਮਨਜੀ ਕਾਰਵਾਈ ਕਰਾਂਗੇ ਇਹਦੇ 'ਤੇ ਅਤੇ ਫੜ ਕੇ ਇੱਥੇ ਪਰਚਾ ਦੇਵਾਂਗੇ। ਹੈ ਕਿੱਥੇ ਦਾ ਬੰਦਾ ਜੀ? ਇਹ ਜਗ੍ਹਾ ਦੇ ਜਿਹੜੇ ਬਾਬਾ ਜੀ ਉਹ ਦੱਸਦੇ ਆ ਵੀ ਇਹ ਭਗਤਪੁਰੇ ਮੁਹੱਲੇ ਦਾ ਜੀ। ਕਾਰਵਾਈ ਇਹਨੂੰ ਫੜ ਕੇ ਅਤੇ ਪਰਚਾ ਦੇਵਾਂਗੇ ਅਤੇ ਜਿਹੜੀ ਕਾਰਵਾਈ ਬਣਦੀ ਉਹ ਕਰਾਂਗੇ। ਚੋਰੀ ਦੀਆਂ ਆਏ ਦਿਨ ਹੋ ਰਹੀਆਂ ਵਾਰਦਾਤਾਂ ਫਗਵਾੜਾ ਪੁਲਿਸ ਲਈ ਇੱਕ ਚੈਲੰਜ ਬਣ ਗਈਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਫਗਵਾੜਾ ਪੁਲਿਸ ਨਾਲ ਵਾਰਦਾਤਾਂ ਨੂੰ ਰੋਕਣ ਵਿੱਚ ਸਫਲ ਹੁੰਦੀ ਹੈ ਜਾਂ ਨਹੀਂ। ਫਗਵਾੜਾ ਤੋਂ ਨਵਰੰਗ ਚੈਨਲ ਲਈ ਰਮਨਦੀਪ ਦੀ ਰਿਪੋਰਟ।